ਬਰਾਦਰੀ ਸੇ ਫੈਸਲਾਬਾਦ ਵਾਲਾ ਵੋ ਵੀ ਸਿਰਹਾਣੇ ਸਨਾਬ ਲਾ ਕੇ ਬੇਚਾਰਾ ਰੋਣਾ ਰੋਤਾ ਰਹਾ ਹੈ ਆਕੇ ਹਮਾਰੇ ਇਧਰ ਹਾਂ ਵੋ ਕੌਨ ਹੈ ਮੀਆਂ ਇਦਰੀਸ ਸ਼ਾਇਦ ਵੈਸੇ ਤੁਮਨੇ ਉਸਕਾ ਗੁਫ਼ਤਗੂ ਨਹੀਂ ਸੁਣੀ ਜੋ ਰਿਕਾਰਡ ਕੀ ਹੈ ਚੈਨਲ ਵਾਲੋ ਨੇ ਮੈਨੇ ਨਹੀਂ ਸੁਣੀ ਰਿਕਾਰਡ ਕੀ ਹੈ ਜੋ ਕਿਆ ਹੈ ਯਾਰ ਐਵੇਂ ਮੇਰੀ ਨਕਲੇ ਨਾ ਤਾਰਾ ਕਰੋ ਮੈਂ ਤੁਮੇ ਬਤਾ ਦੂੰ ਅੱਛਾ ਬਤਾ ਦੋ ਬਤਾਓ ਮੈਂ ਸੁਣ ਬਤਾ ਕਿਆ ਦੂੰ ਦਿਖਾ ਦੇਤਾ ਹੂੰ ਤੁਮੇ ਅਭੀ ਚੈਨਲ ਵਾਲੋ ਨੇ ਭੇਜਿਆ ਕਲਿੱਪ ਵੋ ਜੋ ਤੁਮੇ ਕਲਿੱਪ ਮਿਲਾ ਕਈ ਬਾਲਕ ਕੋ ਤਾਂ ਨਹੀਂ ਲਗਾ ਲਿਆ ਓਹੋ ਵੋ ਦੂਸਰਾ ਕਲਿੱਪ ਹੈ ਦੇਖਣੇ ਵਾਲਾ ਦਿਖਾਓ ਜਰਾ ਹਾਂਜੀ ਇਹ ਨਾ ਮੇਰਾ ਨਾਮ ਮੀਆਂ ਮੁਹੰਮਦ ਅਦੀਸ ਹੈ ਮੈਂ ਫੈਸਲਾਬਾਦ ਸਮਨਾਬਾਦ ਸੂਬਾਈ ਹਲਕਾ ਪੀ ਪੀ 70 ਵਜ਼ੀਰ ਕਾਨੂੰਨ ਰਾਣਾ ਸਨਾਉਲਾ ਖਾਨ ਜਿਹੜੇ ਕਾਨੂੰਨ ਦੇ ਅਲੰਬਰਦਾਰ ਨੇ ਉਹਨਾਂ ਦੇ ਹਲਕੇ ਦਾ ਰਹਿਣ ਵਾਲਾ ਔਰ ਮੈਂ ਦੱਸਣਾ ਚਾਹੁੰਦਾ ਕਿ ਮੇਰੇ ਤੇ ਕੀ ਜ਼ੁਲਮ ਹੋ ਰਹੇ ਨੇ ਮੇਰੇ ਨਾਲ ਕੀ ਜ਼ਿਆਦਤੀਆਂ ਰਾਣਾ ਸਨਾਉਲਾ ਖਾਨ ਕਰ ਰਿਹਾ ਸਿਰਫ ਇੱਕ 20 ਮਰਲੇ ਦਾ ਪਲਾਟ ਇੱਥੇ ਆਉਣ ਲਈ ਮੇਰਾ ਹੀ ਨਹੀਂ ਮੇਰੇ ਤੋਂ ਹਟ ਕੇ ਰਾਣਾ ਸਨਾਉਲਾ ਦੇ ਖਾਨ ਦੇ ਬਰਾਦਰੇ ਨਿਸਬਤੀ ਔਰ ਇਹਨਾਂ ਦੇ ਹਵਾਰੀ ਕਬਜ਼ਾ ਗਰੁੱਪਾਂ ਨੇ ਬੇਸ਼ੁਮਾਰ ਲੋਕਾਂ ਦੀਆਂ ਜਾਇਦਾਦਾਂ ਤੇ ਕਬਜ਼ਾ ਕੀਤੇ ਨੇ ਅੱਲਾ ਭਲਾ ਕਰੇ ਸੀ ਐਮ ਸਾਹਿਬ ਦਾ ਸੀ ਐਮ ਸਾਹਿਬ ਫੈਸਲਾਬਾਦ ਤਸ਼ਰੀਫ ਲਿਆਏ ਮੈਂ ਉਹਨਾਂ ਨੂੰ ਆਪਣਾ 250 ਬੰਦਾ ਜਿਹੜੇ ਮੁਤਾਸਰੀਨ ਸੀ ਲੈ ਕੇ ਉਹਨਾਂ ਦੇ ਸਾਹਮਣੇ ਉਹਨਾਂ ਦੀ ਖਿਦਮਤ 'ਚ ਪੇਸ਼ ਹੋਇਆ ਕਿ ਵਜ਼ੀਰ ਆਲਾ ਸਾਹਿਬ ਮੇਰੇ ਨਾਲ ਇਹ ਜ਼ੁਲਮ ਤੁਹਾਡਾ ਵਜ਼ੀਰ ਕਾਨੂੰਨ ਕਰ ਰਿਹਾ ਹੈ ਅੱਜ ਤੋਂ ਤਕਰੀਬਨ 3 ਮਹੀਨੇ ਪਹਿਲੇ ਇਹਨਾਂ ਮੈਨੂੰ ਸਰੇਆਮ ਸਮਨਾਬਾਦ ਮਦਨੀ ਚੌਕ ਤੋਂ ਚੰਦ ਕਦਮ ਪਿੱਛੇ ਮਰਸ਼ੀਦ ਚੌਕ ਦੇ ਵਿੱਚ ਇੰਨਾ ਮਾਰਿਆ ਗਿਆ ਕਿ ਮੇਰੇ ਜਿਸਮ ਦਾ ਸਿਰ ਤੋਂ ਲੈ ਕੇ ਪੈਰਾਂ ਤੱਕ ਕੋਈ ਹਿੱਸਾ ਵੀ ਸਾਲਮ ਨਹੀਂ ਰਿਹਾ ਏਡਾ ਖੂਬਸੂਰਤ ਇਨਸਾਫ਼ ਵਜ਼ੀਰ ਕਾਨੂੰਨ ਨੇ ਕੀਤਾ ਕਿ ਪਰਚਾ ਵੀ ਮੇਰੇ 'ਤੇ ਹੀ ਕਰ ਦਿੱਤਾ ਗਿਆ 324 ਦਾ ਕਿ ਲਓ ਜੀ ਇੱਕ ਹੋਰ ਭੁਗਤੋ ਤੁਸੀਂ ਹੁਣ ਵੀ ਮੈਂ ਘਰੋਂ ਨਿਕਲਦਾ ਕਚਹਿਰੀ ਵੱਲ ਨੂੰ ਜਾਣਾ ਮੇਰੇ ਮਗਰ 10 ਬੰਦੇ ਲੱਗੇ ਦੇ ਆ ਮੈਂ ਕਿਸੇ ਹੋਰ ਸਾਈਡ ਤੇ ਜਾਣਾ ਮੇਰੇ ਮਗਰ 20 ਬੰਦੇ ਲੱਗੇ ਦੇ ਆ ਜਿੱਥੇ ਦਿਲ ਕਰਦਾ ਮੇਰੇ ਘਰ ਫੋਨ ਕਰਕੇ ਧਮਕੀਆਂ ਦੇ ਰਹੇ ਤੇਰੇ ਬੱਚੇ ਅਗਵਾ ਕਰ ਲਏ ਜਾਣਗੇ ਤੇਰੇ ਤੇ ਇਹ ਜ਼ੁਲਮ ਕੀਤਾ ਜਾਏਗਾ ਔਰ ਰਾਣਾ ਸਨਾਉਲਾ ਕਿਹੜੀ ਕਿਆਮਤ ਆ ਗਈ 20 ਮਰਲੇ ਦੇ ਪਲਾਟ ਤੇ ਕਿਹੜੀ ਮੁਸੀਬਤ ਆ ਪਲਾਟ ਚਾਹੀਦਾ ਤੂੰ ਮੇਰੇ ਕੋਲ ਵੈਸੇ ਮੰਗ ਲੈਂਦਾ ਕਸਮ ਖੁਦਾ ਦੀ ਮੇਰੀ ਬੇਗਮ ਬੱਚੇ ਮੈਨੂੰ ਕਹਿੰਦੇ ਨੇ ਕਿ ਲਾਲਚ ਭੇਜੋ ਇਹਨਾਂ ਚੀਜ਼ਾਂ ਦੇ ਉੱਤੇ ਚਲੋ ਚੱਲੀਏ ਪਾਕਿਸਤਾਨ ਹੀ ਛੱਡ ਜੀ ਏਡੇ ਜ਼ੁਲਮ ਖੁਦਾ ਦਾ ਨਾ ਜਿਹੜੇ ਦਿਲ ਕਰਦਾ ਪਲੇਟਫਾਰਮ ਤੇ ਮੇਰੇ ਸਾਹਮਣੇ ਰਾਣਾ ਸਨਾਉਲਾ ਬਿਠਾ ਲਓ ਮੈਂ ਝੂਠਾ ਵਾਂ ਅੱਲਾ ਦੀ ਕਸਮ ਮੈਂ ਆਪਣੀ ਧੌਣ ਲਵਾਉਣ ਲਈ ਤਿਆਰ ਹਾਂ ਕਮ ਸੇ ਕਮ ਇਸ ਗੁੰਡੇ ਦਾ ਇਨਸਾਫ਼ ਤੇ ਕਰੋ ਇਹਦੇ ਲਗਾਮ ਤੇ ਪਾਓ ਰਾਣਾ ਸਾਹਿਬ ਅਗਰ ਇਹ ਕੁਝ ਹੀ ਕਰ ਰਹ੾ੇ ਸੀ ਫਿਰ ਵਜ਼ੀਰ ਕਾਨੂੰਨ ਗੱਲ ਨਹੀਂ ਬਣੇ ਜਾ ਕੇ ਤੇ ਗੁੰਡੇ ਬਣ ਜਾਂਦੇ 43 ਸਾਲ ਦੀ ਜ਼ਿੰਦਗੀ 'ਚ ਅੱਜ ਤੱਕ ਮੇਰੇ ਤੇ ਨਾ ਕੋਈ FIR ਨਾ ਕੋਈ ਐਪਲੀਕੇਸ਼ਨ ਹੈ ਰਾਣਾ ਸਨਾਉਲਾ ਦੇ ਪਲਾਟ ਨਾ ਦੇਣ ਦੀ ਵਜ੍ਹਾ ਤੋਂ ਮੇਰੇ ਤੇ 1 FIR ਮੈਂ ਟਿਕੇਟ ਵੀ ਬਣ ਗਿਆ ਮੈਂ ਕਬਜ਼ਾ ਗਰੁੱਪ ਵੀ ਬਣ ਗਿਆ ਮੈਂ ਰੱਸਾਗੀਰ ਵੀ ਬਣ ਗਿਆ ਮੈਂ ਚੋਰ ਵੀ ਬਣ ਗਿਆ ਅਬ ਸੁਣਾਓ ਅਬ ਕਿਆ ਕਹਤੇ ਹੋ